ਸ਼ਸ਼ੀਕਲ ਦੋਸਤੋ ਸਵਾਗਤ ਹੈ ਤੁਹਾਡਾ ਸੇਸ਼ਦਾਰ ਦੇ ਉੱਪਰ ਤੇ ਮੈਂ ਆਇਆ ਸੁਖਵੀਰ ਸਿੰਘ ਮੇਰੇ ਨਾਲ ਡਾਕਟਰ ਹਰਨਾਮ ਸਿੰਘ ਜੀ ਮੌਜੂਦ ਨੇ ਅੱਜ ਜਿਹੜਾ ਵਿਸ਼ਾ ਗੱਲਬਾਤ ਦਾ ਰਹਿਣ ਵਾਲਾ ਉਹ ਬੇਹਦੀ ਅਹਿਮ ਹੈ ਖਾਸ ਕਰਕੇ ਸਮਾਜ ਦੀਆਂ ਸਾਡੇ ਜੋ ਔਰਤਾਂ ਨੇ ਉਹਨਾਂ ਦੇ ਲਈ ਬੇਹਦੀ ਖਾਸ ਇਹ ਮੁੱਦਾ ਰਹਿਣ ਵਾਲਾ ਹੈ ਕਿਉਂਕਿ ਅੱਜ ਦੇ ਇਸ ਦੌਰ ਦੇ ਵਿੱਚ ਹਰ ਕੋਈ ਵਿਅਕਤੀ ਸੁੰਦਰ ਦਿਖਣਾ ਚਾਹੁੰਦਾ ਹੈ ਸੁੰਦਰ ਦਿਖਣ ਦੇ ਲਈ ਉਹ ਹਰ ਸੰਭ 可能 ਕੋਸ਼ਿਸ਼ ਕਰਦਾ ਹੈ ਪਰ ਡਾਕਟਰ ਸਾਹਿਬ ਤੋਂ ਅੱਜ ਜਾਣਾਂਗੇ ਕਿ ਕਿ ਸੁੰਦਰ ਦਿਖਣਾ ਤਾਂ ਜ਼ਰੂਰੀ ਹੈ ਹੀ ਪਰ ਕੁਦਰਤੀ ਤਰੀਕੇ ਦੇ ਨਾਲ ਕਿਸ ਤਰੀਕੇ ਦੇ ਨਾਲ ਆਪਣੀ ਸੁੰਦਰਤਾ ਜਿਹੜਾ ਹਰ ਕੋਈ ਵਿਅਕਤੀ ਬਰਕਰਾਰ ਰੱਖ ਸਕਦਾ ਹੈ ਪਰ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਦਾ ਸਵਾਗਤ ਕਰਦੇ ਹਾਂ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ ਨੋਪਸਾਉ ਜਿਵੇਂ ਮੈਂ ਪਹਿਲਾਂ ਹੀ ਜ਼ਿਕਰ ਕੀਤਾ ਕਿ ਅੱਜ ਦੇ ਇਸ ਦੌਰ ਦੇ ਵਿੱਚ ਹਰ ਵਿਅਕਤੀ ਸੁੰਦਰ ਦਿਖਣਾ ਚਾਹੁੰਦਾ ਹੈ ਕਈਆਂ ਦੇ ਵੱਲੋਂ ਮੇਕਅਪ ਦੀ ਵਰਤੋਂ ਕੀਤੀ ਜਾਂਦੀ ਹੈ ਜਾਂ ਮਹਿੰਗੇ ਮੈਂਗੋ ਪ੍ਰੋਡਕਟ ਆਪਣੇ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਵਰਤਦੇ ਨੇ ਪਰ ਤੁਹਾਡੇ ਤੋਂ ਇਹ ਸਮਝਣਾ ਚਾਹਾਂਗੀ ਕਿ ਕੁਦਰਤੀ ਤਰੀਕੇ ਦੇ ਕਿਹੜੇ-ਕਿਹੜੇ ਨੇ ਜਿਸ ਦੇ ਨਾਲ ਆਪਣੀ ਸੁੰਦਰਤਾ ਨੂੰ ਬਿਨਾਂ ਕਿਸੇ ਮੇਕਅਪ ਤੋਂ ਬਿਨਾਂ ਕਿਸੇ ਜਿਹੜੇ ਪ੍ਰੋਡਕਟ ਤੋਂ ਬਰਕਰਾਰ ਰੱਖਿਆ ਜਾ ਸਕਦਾ ਹੈ ਜੀ ਪਹਿਲਾਂ ਤਾਂ ਜੀ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਮੈਂ ਦੱਸਣਾ ਚਾਹਾਂਗਾ ਸਭ ਵੀਰ ਜੀ ਤੁਹਾਨੂੰ ਕਿ ਚਿਹਰੇ ਦੇ ਜਿਹੜੀਆਂ ਸਮੱਸਿਆਵਾਂ ਨੇ ਪਹਿਲਾਂ ਆਪਾਂ ਉਹਨਾਂ ਬਾਰੇ ਗੱਲ ਕਰ ਲਈਏ ਚਿਹਰੇ ਦੀਆਂ ਜਿਹੜੀਆਂ ਮੁਡਲੀਆਂ ਸਮੱਸਿਆਵਾਂ ਨੇ ਜਿਵੇਂ ਚਿਹਰੇ ਦੇ ਉੱਤੇ ਸ਼ਾਈਆਂ ਦਾਗ ਧੱਬੇ ਤੇ ਕਾਲੇ ਘਰੇ ਇਹ ਚਾਰ ਮੁੱਖ ਸਮੱਸਿਆਵਾਂ ਨੇ ਪਹਿਲਾ ਕਾਰਨ ਆਪਾਂ ਪਿੰਪਲਸ ਦੀ ਗੱਲ ਕਰਾਂਗੇ ਦਾਗ ਤੱਬੇ ਪਿੰਪਲਸ ਜਿਹੜੇ ਹੁੰਦੇ ਨੇ ਉਹ ਬੱਚਿਆਂ ਦੇ ਵਿੱਚ 13 ਤੋਂ 14 ਸਾਲ ਦੀ ਉਮਰ 'ਚ ਜਦੋਂ ਹਾਰਮੋਨ ਚੇਂਜ ਹੁੰਦੇ ਨੇ ਉਹਦੇ ਕਰਕੇ ਹੁੰਦੇ ਨੇ ਤੇ ਬੱਚੇ ਕਿਉਂਕਿ ਉਹਨਾਂ ਨੂੰ ਇਸ ਬਾਰੇ ਨੌਲੇਜ ਨਹੀਂ ਹੁੰਦੀ ਜਾਂ ਮਾਪੇ-ਬਾਪ ਦੀ ਗਾਈਡੈਂਸ ਨਹੀਂ ਹੁੰਦੀ ਕਿ ਉਹਨੂੰ ਵਾਰ-ਵਾਰ ਨੱਪਕੇ ਉਹਨੂੰ ਤੋੜ ਦਿੰਦੇ ਨੇ ਉਹਨੂੰ ਭਨ ਕੇ ਉਹਦੇ ਚੋਂ ਪਾ ਕੱਢ ਦਿੰਦੇ ਨੇ ਜਿਹਦੇ ਕਰਕੇ ਉਹਨਾਂ ਚਿਹਰੇ ਤੇ ਦਾਗ ਪੈ ਜਾਂਦੇ ਨੇ ਸੋ ਦੂਸਰਾ ਕਾਰਨ ਹੈ ਜੀ ਚਿਹਰੇ ਦੇ ਤੱਬੇ ਚਿਹਰੇ ਦੇ ਉੱਤੇ ਤੱਬੇ ਪੈ ਜਾਂਦੇ ਵਾਈਟ ਕਲਰ ਦੇ ਸਪੋਰਟ ਤੁਸੀਂ ਦੇਖਿਆ ਹੋਣਾ ਬੱਚਿਆਂ ਦੇ ਉੱਤੇ ਉਹ ਆਇਰਨ ਦੀ ਕੈਲਸ਼ੀਅਮ ਦੀ ਜਿਹੜੀ ਘਾਟ ਹੈ ਉਹਦੇ ਕਰਕੇ ਹੁੰਦੇ ਆ ਪੇੜ ਦੇ ਕੀੜੇ ਕਰਕੇ ਹੁੰਦੇ ਆ ਚੌਥਾ ਕਾਰਨ ਤੀਸਰਾ ਕਾਰਨ ਹੈ ਜੀ ਸ਼ਾਈਆਂ ਜਿਹੜੀਆਂ ਮੇਰੀਆਂ ਭੈਣਾਂ ਦੇ ਫੇਸ ਤੇ ਸ਼ਾਈਆਂ ਨੇ ਉਹ ਛੇਂਗਾ ਇੱਕ ਬਿਮਾਰੀ ਨਹੀਂ ਹੈ ਉਹ ਇੱਕ ਸਿੰਪਟਮ ਹੈ ਜਿਥੋਂ ਇਹ ਪਤਾ ਲੱਗਦਾ ਕਿ ਉਹਨੇ ਸਰੀਰ ਦੇ ਵਿੱਚ ਕਿਸੇ ਚੀਜ਼ ਦੀ ਘਾਟ ਹੈ ਕਮਜ਼ੋਰੀ ਹੈ ਜਾਂ ਤਾਂ ਉਹ ਚੰਗਾ ਖਾ ਨਹੀਂ ਰੇ ਜਾਂ ਚੰਗਾ ਪਚਾ ਨਹੀਂ ਰੇ ਤੀਸਰਾ ਕਾਰਨ ਇਹ ਹੋ ਸਕਦਾ ਕਿ ਆ ਖਾ ਵੀ ਅੱਛਾ ਰੇ ਹੈ ਪਚਾ ਵੀ ਅੱਛਾ ਰੇ ਪਰ ਉਹਨੇ ਸਰੀਰ ਦੇ ਵਿੱਚ ਕਿਸ ਨਾ ਕਿਸੇ ਕਾਰਨ ਕਰਕੇ ਜੋ ਤਾਕਤਈ ਰਸ ਹੈ ਉਹ ਸਰੀਰ ਤੋਂ ਬਾਹਰ ਜਾ ਰਿਹਾ ਜੇ ਲੜਕੇ ਨੇ ਲੜਕੀਆਂ ਦੇ ਫੇਸ ਤੇ ਸ਼ਾਈਆਂ ਨੇ ਤੇ ਉਹਨਾਂ ਨੂੰ ਤਾਂ ਤੇ ਸੁਬੰਦੋਜ ਦੀ ਸਮੱਸਿਆ ਹੋ ਸਕਦੀ ਹੈ ਜੇ ਮਿੰਦੀਆਂ ਭੈਣਾਂ ਨੇ ਉਹਨਾਂ ਨੂੰ ਓਵਰ ਬਲੀਡਿੰਗ ਜਾਂ ਲਕੋਰੀਆ ਦੀ ਸਮੱਸਿਆ ਹੋ ਸਕਦੀ ਹੈ ਜੀ ਡਾਕਟਰ ਸਾਹਿਬ ਜਿਵੇਂ ਤੁਸੀਂ ਕਹੇ ਤਿੰਨ ਚਾਰ ਜਿਹੜੀਆਂ ਤਿੰਨ ਚੀਜ਼ਾਂ ਦਾ ਜ਼ਿਕਰ ਕੀਤਾ ਚਾਹੀਓ ਛਾਈਆਂ ਹੋਣ ਪਿੰਪਲਸ ਹੋਣ ਸਭ ਤੋਂ ਪਹਿਲਾਂ ਗੱਲ ਪਿੰਪਲਸ ਦੀ ਕਰ ਲੈਣਾ ਕਿ ਜਿਹੜੇ ਉਮਰ ਹੁੰਦੀ ਹੈ ਇੱਕ ਜਦੋਂ ਹਾਰਮੋਨ ਚੇਂਜ ਹੁੰਦੇ ਆ ਉਸ ਵਕਤ ਪਿੰਪਲ ਹੁੰਦੇ ਆ ਤੇ ਉਹਦੇ ਉਸਦੇ ਜਿਹੜੇ ਪਿੰਪਲਾਂ ਦੇ ਨਿਸ਼ਾਨ ਬਣ ਜਾਂਦੇ ਆ ਤਾਂ ਜਦੋਂ ਉਹਨਾਂ ਦੇ ਹਾਰਮੋਨਲ ਚੇਂਜਸ ਸਟੇਬਲ ਹੋ ਜਾਂਦੇ ਆ ਉਸ ਤੋਂ ਬਾਅਦ ਨਿਸ਼ਾਨ ਪੈ ਜਾਂਦੇ ਆ ਤਾਂ ਫਿਰ ਉਹ ਕਿਸ ਤਰੀਕੇ ਨਾਲ ਉਹਨਾਂ ਜਿਹੜੇ ਦਾਗ ਤਾਂ ਉਹਨਾਂ ਦੇ ਚਿਹਰੇ ਤੇ ਹੋ ਜਾਂਦੇ ਆ ਕਿਵੇਂ ਉਹਨਾਂ ਨੂੰ ਸਾਫ਼ ਕਰ ਸਕਦੇ ਨੇ ਜੀ ਸਰਵੀਰ ਜੀ ਜਿਹੜੇ ਦਾਗ ਪੈਣ ਦਾ ਮੇਨ ਕਾਰਨ ਹੈ ਤੁਸੀਂ ਦੇਖਿਆ ਉਹਨੇ ਜਦੋਂ ਵੀ ਸਾਡੇ ਸਰੀਰ ਦੇ ਵਿੱਚ ਕਿਤੇ ਵੀ ਕੋਈ ਜ਼ਖਮ ਨੂੰ ਠੀਕ ਹੁੰਦਾ ਉਸ ਦੇ ਵਿੱਚ ਉਹ ਦਾ ਸਪੋਰਟ ਬਣ ਜਾਂਦਾ ਦਾਗ ਬਣ ਜਾਂਦਾ ਚਾਹੇ ਉਹ ਸਰੀਰ ਦੇ ਕਿਸੇ ਹਿੱਸੇ ਤੇ ਹੋਵੇ ਚਿਹਰੇ ਉੱਤੇ ਉਹ ਜਿਆਦਾ ਪ੍ਰਭਾਵਿਤ ਆਪਾਂ ਨੂੰ ਤਾਂ ਕਰਦਾ ਆਪਣੀ ਧਿਆਨ ਉਹਦੇ ਵੱਲ ਤਾਂ ਜਾਂਦਾ ਕਿਉਂਕਿ ਜਿਵੇਂ ਕਹਿੰਦੇ ਕਿ ਫਰਸਟ ਇਮਪ੍ਰੈਸ਼ਨ ਇਜ਼ ਲਾਸਟ ਇਮਪ੍ਰੈਸ਼ਨ ਸਭ ਤੋਂ ਪਹਿਲਾਂ ਸਾਡਾ ਫੇਸ ਹੀ ਲੋਕਾਂ ਦੇ ਸਾਹਮਣੇ ਆਉਂਦਾ ਸਾਡੇ ਅੱਖਰ ਨੂੰ ਦੇਖਣ ਵਾਸਤੇ ਸਾਡੇ ਫੇਸ ਵੱਲ ਲੋਕਾਂ ਦਾ ਧਿਆਨ ਜਾਂਦਾ ਸੋ ਫੇਸ ਦੇ ਉੱਤੇ ਜਦੋਂ ਪਿੰਪਲ ਬੰਦੇ ਨੇ ਉਹਦੋਂ ਜਦੋਂ ਉਹ ਹੀਲ ਹੁੰਦਾ ਪਿੰਪਲ ਤੇ ਉਹਦੇ ਉੱਤੇ ਇੱਕ ਬਲੈਕ ਸਪੋਟ ਬਣ ਜਾਂਦਾ ਉਹਦਾ ਕਾਰਨ ਹੈ ਸਾਡੇ ਸਰੀਰ 'ਚ ਇੱਕ ਮੈਲਨਨ ਦਾ ਤੱਤ ਹੁੰਦਾ ਜਦੋਂ ਮੈਲਨਨ ਉਸ skin ਨੂੰ ਰਿਪੇਅਰ ਕਰਦਾ ਹੈ ਉੱਥੇ ਆਪਦੀ ਮਾਤਰਾ ਵਧਾ ਦਿੰਦਾ ਤਾਂ ਕਿ ਉਹਦੇ ਵਿੱਚ ਜਿਹੜੀ ਇਨਰ ਲੇਅਰ ਹੈ ਉਹਨੂੰ UV ਰੇਜ਼ ਜਿਹੜੀ ਹੈ ਹਾਰਮ ਨਾ ਕਰ ਸਕੇ ਅਲਟਰਾਵਾਇਲਟ ਰੇਜ਼ ਤੋਂ ਬਚਾਉਣ ਲਈ ਉਹਦੇ ਉੱਤੇ ਆਪਦੀ ਮਾਤਰਾ ਵਧਾ ਦਿੰਦਾ ਜਿੱਤੇ ਕਰਕੇ ਉਹ ਸਪੋਟ ਬਣ ਜਾਂਦਾ ਹੈ ਜਿਹੜੇ ਇਹਦੇ ਸਪੋਰਟ ਨੇ ਉਮਰ ਦੇ ਹਿਸਾਬ ਨਾਲ ਉਹ ਹੌਲੀ-ਹੌਲੀ ਫਿੱਟ ਹੋ ਜਾਂਦੇ ਨੇ ਘਟ ਜਾਂਦੇ ਨੇ ਪਰ ਜੇ ਇਹਨਾਂ ਨੂੰ ਛੇਤੀ ਨਿਜਾਤ ਪਾਉਣੀ ਹੋਵੇ ਤੇ ਇਹਦੇ ਲਈ ਕੁਝ ਆਯੁਰਵੈਦਿਕ ਦਵਾਈਆਂ ਜਿਹੜੀ ਆਯੁਰਵੇਦ ਦੇ ਵਿੱਚ ਕਾੜਿਆਂ ਦੇ ਰੂਪ ਵਿੱਚ ਮਿਲਦੀ ਹੈ ਕੁਝ ਇਸ ਤਰ੍ਹਾਂ ਦੀ ਮਲਮ ਨੇ ਜਿਹੜੀਆਂ ਲਗਾ ਕੇ ਨਤ ਨਿਜਾਤ ਪਾਈ ਜਾ ਸਕਦੀ ਹੈ ਲੋਕ ਸਾਹਿਬ ਇੱਕ ਪਾਸੇ ਤੁਸੀਂ ਆਯੁਰਵੈਦਿਕ ਦਵਾਈਆਂ ਦਾ ਜ਼ਿਕਰ ਕੀਤਾ ਪਰ ਅਸੀਂ ਅਕਸਰ ਹੀ ਦੇਖਦੇ ਹਾਂ ਕਿ ਆਪਣੇ ਚਿਹਰੇ ਦੀਆਂ ਜਿੰਨੇ ਵੀ ਸਮੱਸਿਆਵਾਂ ਹੁੰਦੀਆਂ ਨੇ ਉਹਨਾਂ ਤੋਂ ਤੋਂ ਉਹਨਾਂ ਤੋਂ ਰਾਹਤ ਪਾਉਣ ਦੇ ਲਈ ਜਿਹੜੇ ਆਮ ਲੋਕ ਨੇ ਉਹ ਮੈਡੀਕਲ ਕਰੀਮਾਂ ਦੇ ਵਾਲਾ ਜ਼ਿਆਦਾ ਭਜਦੇ ਨੇ ਉਹਨਾਂ ਦੀ ਵਰਤੋਂ ਜ਼ਿਆਦਾ ਕਰਦੇ ਨੇ ਕਿ ਵਾਕਈ ਅਸਲ ਦੇ ਵਿੱਚ ਉਹਨਾਂ ਦੀ ਲੋੜ ਹੈਗੀ ਐ ਸੁਖਵੀਰ ਜੀ ਸਹਿਤ ਨੂੰ ਇਸ ਬਾਰੇ ਇੱਕ ਗੱਲ ਪੁੱਛਣੀ ਚਾਹੂੰਗਾ ਕਿ ਜਿੰਨੀ ਦੇਰ ਤੱਕ ਕਿਸੇ ਬੂਟੇ ਦੇ ਜੜ੍ਹ ਚ ਪਾਣੀ ਨਹੀਂ ਪਾਵਾਂਗੇ ਕਿ ਉਹ ਤੰਦਰੁਸਤ ਹੋ ਸਕਦਾ ਨਹੀਂ ਹੋ ਸਕਦਾ ਸੋ ਜੇ ਕਿਸੇ ਬੂਟੇ ਨੂੰ ਆਪਾਂ ਤੰਦਰੁਸਤ ਕਰਨਾ ਹੈ ਉਹਨੂੰ ਗਰੋ ਕਰਨਾ ਹੈ ਉਹਦੇ ਲਈ ਜੜ੍ਹ ਚ ਪਾਣੀ ਪਾਣਾ ਪਏਗਾ ਜੇ ਉਹਦੇ ਚ ਕੋਈ ਬਿਮਾਰੀ ਆ ਗਈ ਹੈ ਉਹਨੂੰ ਠੀਕ ਕਰਨ ਲਈ ਵੀ ਉਹਦੇ ਚੜ ਦੇ ਵਿੱਚ ਪਾਣੀ ਪਾਣਾ ਪਏਗਾ ਮੈਡੀਸਨ ਪਾਣੀ ਪਏਗੀ ਤਾਂ ਉਹ ਠੀਕ ਹੋਏਗੀ ਉਪਰੋਂ ਕਿਸੇ ਚੀਜ਼ ਨੂੰ ਤੁਸੀਂ ਸਪਰੇਅ ਕਰਕੇ ਜਾਂ ਉਹਦੇ ਤੇ ਅਪਲਾਈ ਕਰਕੇ ਉਸ ਚੀਜ਼ ਨੂੰ ਕੁਝ ਸਮੇਂ ਆਸਤੇ ਤਾਂ ਰੋਕ ਸਕਦੇ ਹਾਂ ਲੇਕਿਨ ਜੇ ਉਹਨੂੰ ਪ੍ਰੋਪਰ ਠੀਕ ਕਰਨਾ ਹੈ ਤੇ ਤੁਹਾਨੂੰ ਉਹਦੇ ਸਿਸਟਮ ਮਕੈਨਿਜ਼ਮ ਦੇ ਵਿੱਚ ਉਸ ਚੀਜ਼ ਨੂੰ ਠੀਕ ਕਰਨਾ ਪਏਗਾ ਸੋ ਉਹਦੇ ਲਈ ਜਿਹੜੀਆਂ ਆਯੁਰਵੇਦ ਦੀਆਂ ਦਵਾਈਆਂ ਨੇ ਜਾਂ ਕਾੜੇ ਨੇ ਉਹਨਾਂ ਦਾ ਸੇਵਨ ਕਰਕੇ ਖੂਨ ਨੂੰ ਸਾਫ਼ ਕਰਨ ਦੇ ਲਈ ਇਹਨਾਂ ਚੀਜ਼ਾਂ ਦੀ ਲੋੜ ਕੀਤੀ ਪੈਂਦੀ ਹੈ ਜਦੋਂ ਸਰੀਰ ਦੇ ਵਿੱਚ ਖੂਨ ਨੂੰ ਸਾਫ਼ ਕਰ ਦਿੱਤਾ ਜਾਊਗਾ ਆਯੁਰਵੈਦਿਕ ਦਵਾਈਆਂ ਨਾਲ ਤੇ ਕਿਸੇ ਤਰ੍ਹਾਂ ਦਾ ਕੋਈ ਦਾਗ ਤੱਪ ਬਸ਼ਰੀਰ ਤੇ ਨਹੀਂ ਰਹੇਗਾ ਜੀ ਅੱਛਾ ਡਾਕਟਰ ਸਾਹਿਬ ਜਿਵੇਂ ਆਪਾਂ ਪਿੰਪਲਸ ਦੀ ਗੱਲ ਕਰ ਰਹੇ ਸੀ ਇਸ ਦੇ ਵਿੱਚ ਖਰਾਬ ਖਾਣਾ ਪੀਣਾ ਵੀ ਮੈਟਰ ਕਰਦਾ ਹੈ ਜੀ ਬਿਲਕੁਲ ਮੈਂ ਦੱਸਣਾ ਚਾਹਾਂਗਾ ਦਸ਼ਕਾਂ ਨੂੰ ਕਿ ਜਦੋਂ ਆਪਾਂ ਪਿਤ ਵਰਦਕ ਚੀਜ਼ਾਂ ਮਸਾਲੇਦਾਰ ਚੀਜ਼ਾਂ ਜ਼ਿਆਦਾ ਖਾਵਾਂਗੇ ਠੀਕ ਹੈ ਜਿਸ ਤਰ੍ਹਾਂ ਲੋਕ ਤੁਸੀਂ ਦੇਖਿਆ ਹੋਣਾ ਅੱਜਕੱਲ ਚਿਲੀ ਸੌਸ ਦਾ ਬਹੁਤ ਚਲਣ ਹੈ ਸੋਇਆ ਸੌਸ ਦਾ ਬਹੁਤ ਚਲਣ ਹੈ ਸੋ ਇਸ ਤਰ੍ਹਾਂ ਦੀਆਂ ਸਪਾਈਸੀ ਚੀਜ਼ਾਂ ਜਦੋਂ ਬਹੁਤ ਜ਼ਿਆਦਾ ਲੋਕ ਖਾਂਦੇ ਨੇ ਉਹਦੇ ਨਾਲ ਵੀ ਸਰੀਰ ਦੇ ਵਿੱਚ ਪਿਤ ਦਾ ਪਰਕੋਪ ਵੱਧਾ ਹੈ ਪਿਤ ਵਧਣਾ ਸਰੀਰ ਦੇ ਵਿੱਚ ਸਾਡੇ ਪਿੰਪਲ ਜਾਂ ਇਸ ਤਰ੍ਹਾਂ ਦੇ ਜਿਹੜੇ ਨਿਸ਼ਾਨ ਬਣੇ ਸ਼ੁਰੂ ਹੋ ਜਾਂਦੇ ਨੇ ਜੀ ਜੋ ਡਾਕਟਰ ਸਾਹਿਬ ਇੱਕ ਜਿਹੜਿਆ ਜਿਹੜੇ ਪਿੰਪਲ ਦੀ ਆਪਾਂ ਗੱਲ ਕਰ ਰਹੇ ਇਸ ਨੂੰ ਲੈ ਕੇ ਹਰ ਵਿਅਕਤੀ ਆਪਣੇ ਤਰੀਕੇ ਦਾ ਇਲਾਜ ਦੱਸਦਾ ਕੋਈ ਕਹਿੰਦਾ ਕਿ ਇਹਨਾਂ ਦੇ ਉੱਪਰ ਫਟਕੜੀ ਮਾਰ ਲਓ ਕੋਈ ਕਹਿੰਦਾ ਕਿ ਐਲੋਵੇਰਾ ਲਾ ਲਓ ਕੀ ਇਹ ਗੱਲਾਂ ਸੱਚ ਹੈਗੀਆਂ ਨੇ ਸੁਖਵੀਰ ਜੀ ਮੈਂ ਤੁਹਾਨੂੰ ਇੱਕ ਇਸ ਕੁਐਸਚਨ ਦੇ ਉੱਤੇ ਇੱਕ ਸਵਾਲ ਪੁੱਛਦਾ ਤੁਹਾਡੇ ਕੋਲ ਬਾਈਕ ਹੈ ਉਹਨੂੰ ਠੀਕ ਕਰਾਉਣ ਲਈ ਤੁਸੀਂ ਕੀ ਕਰਦੇ ਹੋ ਕਿਸੇ ਦੀ ਸਲਾਹ ਲੈਂਦੇ ਹੋ ਜਾਂ ਤੁਸੀਂ ਉਹਨੂੰ ਮਕੈਨਿਕ ਕੋਲ ਲੈ ਕੇ ਜਾਂਦੇ ਹੋ ਸੋ ਇਸੇ ਤਰ੍ਹਾਂ ਜਦੋਂ ਕੋਈ ਬਿਮਾਰੀ ਆਉਂਦੀ ਹੈ ਉਹਦੇ ਲਈ ਡਾਕਟਰ ਬੈਠੇ ਨੇ ਐਕਸਪਰਟਸ ਨੇ ਸਾਨੂੰ ਉਹਨਾਂ ਦੀ ਰਾਇ ਲੈਣੀ ਚਾਹੀਦੀ ਹੈ ਘਰੇਲੂ ਇਲਾਜ ਉਦੋਂ ਤੱਕ ਸੰਭਵ ਹੈ ਜਦੋਂ ਬਿਮਾਰੀ ਸ਼ੁਰੂਆਤ ਦੇ ਵਿੱਚ ਹੈ ਇਹ ਉਦੋਂ ਬਚਣ ਲਈ ਘਰੇਲੂ ਇਲਾਜ ਕੀਤੇ ਜਾ ਸਕਦੇ ਨੇ ਜਦੋਂ ਕੋਈ ਸਰੀਰ ਦੇ ਵਿੱਚ ਬਿਮਾਰੀ ਪੈਦਾ ਹੋ ਗਈ ਹੈ ਉਹਦੇ ਲਈ ਸਾਨੂੰ ਐਕਸਪਰਟ ਦੀ ਸਲਾਹ ਲੈਣੀ ਚਾਹੀਦੀ ਹੈ ਆਪਣੇ ਆਪ ਜਾਂ YouTube ਜਾਂ ਕਿਸੇ ਵੀ ਇੰਟਰਨੈਟ ਤੋਂ ਕੋਈ ਫਾਰਮੂਲਾ ਦੇਖ ਕੇ ਆਪਦੇ ਤੇ ਅਪਲਾਈ ਨਹੀਂ ਕਰਨਾ ਚਾਹੀਦਾ ਕਿਉਂਕਿ ਕਈ ਕਾਰਨ ਹੁੰਦੇ ਨੇ ਵਾਤ ਪਿਤ ਕਫ ਦੇ ਵਧਨ ਘਟਨ ਕਰਕੇ ਹੁੰਦੇ ਨੇ ਕਈ ਵਾਰ ਹਾਰਮੋਨਲ ਬੈਲੈਂਸ ਕਰਕੇ ਹੁੰਦੇ ਨੇ ਕਈ ਵਾਰ ਸਾਡੇ এনवायरमेंट ਕਰਕੇ ਹੁੰਦੇ ਨੇ ਜਿਨ੍ਹਾਂ ਲੋਕਾਂ ਦਾ ਫੇਸ ਆਇਲੀ ਹੈ ਉਹ ਬਹੁਤ ਅੱਛਾ ਖਾ ਰਹੇ ਨੇ ਕੋਈ ਜੰਕ ਫੂਡ ਨਹੀਂ ਖਾਂਦੇ ਨੇ ਲੇਕਿਨ ਫੇਸ ਉਹਨਾਂ ਦਾ ਆਇਲੀ ਹੈ ਤੇ ਉਹ ਡਸਟ ਵਾਲੇ ਕਿਸੇ ਏਰੀਆ ਦੇ ਵਿੱਚ ਰਹਿੰਦੇ ਨੇ ਤੇ ਉਹਨਾਂ ਦੇ ਵੀ ਪਿੰਪਲ ਬਣਨਗੇ ਜੇ ਆਪਾਂ ਉਹਨਾਂ ਨੂੰ ਉਹਨਾਂ ਮਰੀਜ਼ਾਂ ਦੇ ਨਾਲ ਮਿਲਾ ਕੇ ਦੇਖਾਂਗੇ ਜਿਹੜੇ ਬਹੁਤ ਜ਼ਿਆਦਾ ਸਪਾਈਸੀ ਚੀਜ਼ਾਂ ਖਾਂਦੇ ਨੇ ਤੇ ਉਹ ਦੋਵੇਂ ਇੱਕ ਬਿਮਾਰੀ ਨਾਲ ਜਾਂ ਇੱਕ ਚੀਜ਼ ਨਾਲ ਠੀਕ ਨਹੀਂ ਹੋ ਸਕਦੇ ਸੋ ਸਭ ਤੋਂ ਪਹਿਲਾਂ ਸਾਨੂੰ ਇਹ ਦੇਖਣਾ ਪਏਗਾ ਕਿ ਪੇਸ਼ੈਂਟ ਨੂੰ ਪ੍ਰੋਬਲਮ ਕੀ ਹੈ ਕਿਸ ਕਾਰਨ ਕਰਕੇ ਉਹਦੇ ਵਿੱਚ ਚੀਜ਼ ਪੈਦਾ ਹੋ ਰਹੀ ਹੈ ਸੋ ਉਹਦੇ ਲਈ ਮੈਂ ਸਭ ਨੂੰ ਇਹੀ ਸਲਾਹ ਦੇਣੀ ਚਾਹੂੰਗਾ ਕਿ ਸਭ ਤੋਂ ਪਹਿਲਾਂ ਕਿਸੇ ਐਕਸਪਰਟ ਦੀ ਰਾਏ ਲਈ ਜਾਵੇ ਬਿਨਾਂ ਕਿਸੇ ਇਲਾਜ ਦੇ अच्छा डॉक्टर साहब ਸ਼ਾਇਆ ਦੀ ਵੀ ਆਪਾਂ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਸੀ ਜੋ ਮਹਿਲਾਵਾਂ ਨੇ ਅੱਜ ਦੇ ਸਮੇਂ ਦੇ ਵਿੱਚ ਸ਼ਾਇਆ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਨੇ ਉਹਨਾਂ ਲਈ ਫਿਰ ਕੀ ਸਲਾਹ ਤੁਹਾਡੀ ਮੇਰੀ ਆ ਪੈਨਾ ਨੂੰ ਮੈਂ ਅਕਸਰ ਹੀ ਮਿਲਦਾ ਜਦੋਂ ਪੁੱਛਦਾ ਕਿ ਪੈਂਦੀ ਤੁਸੀਂ ਦਿਨ ਦੇ ਵਿੱਚ ਕਿੰਨੇ ਘੰਟੇ ਸੌਂਦੇ ਹੋ ਤੇ ਉਹਨਾਂ ਦਾ ਇੱਕੋ ਜਵਾਬ ਹੁੰਦਾ ਕਿ ਡਾਕਟਰ ਸਾਹਿਬ ਬਹੁਤ ਕਟਾ ਸਮਾਜ ਨੂੰ ਸੌਣ ਲਈ ਮਿਲਦਾ ਰਾਤ ਨੂੰ 10 11 ਵਜੇ ਉਹ ਕਰਦਾ ਕੰਮ ਕਰ ਨਵੇੜ ਕੇ ਸੌਂਦੀਆਂ ਨੇ ਸਵੇਰ 5 ਵਜੇ ਸਵੇਰ ਉਹਨਾਂ ਦੀ ਸ਼ਡਿਊਲ ਹੋ ਜਾਂਦਾ ਤਿਆਰ ਜੀ ਦੇ ਕਰਕੇ ਬੱਚਿਆਂ ਨੂੰ ਸਵੇਰ ਤਿਆਰ ਕਰਕੇ ਭੇਜਨੇ ਜਾਂ ਆਪ ਮਰੀਆ ਪਹਿਣਾ ਜੌਬ ਕਰਦੀਆਂ ਨੇ ਸੋ ਜਿਆਦਾ ਨੀਂਦ ਨਾ ਲੈਣਾ ਪ੍ਰੋਪਰ ਨੀਂਦ ਨਾ ਲੈ ਪਾਣਾ ਵੀ ਸ਼ਾਇਆ ਦਾ ਇੱਕ ਕਾਰਨ ਹੈ ਸਟ्रेस ਦੂਸਰਾ ਕਾਰਨ ਹੈ ਤੀਸਰਾ ਕਾਰਨ ਸਰੀਰ ਦੇ ਵਿੱਚ ਕਿਸੇ ਚੀਜ਼ ਦੀ ਘਾਟ ਹੋਣਾ ਆਇਰਨ ਦੀ ਘਾਟ ਹੋਣਾ ਕੈਲਸ਼ੀਅਮ ਦੀ ਘਾਟ ਹੋਣਾ ਉਹਦਾ ਕਾਰਨ ਹੈ ਸਾਡੀ ਡਾਈਟ ਪ੍ਰੋਪਰ ਨਾ ਲੈਣਾ ਚੌਥਾ ਕਰਨਾ ਹੈ ਡਾਈਟ ਲੈਣ ਦੇ ਬਾਵਜੂਦ ਵੀ ਤੁਸੀਂ ਜੇ ਪ੍ਰੋਪਰ ਸਹੀ ਤਰੀਕੇ ਨਾਲ ਹজম ਨਹੀਂ ਕਰ ਪਾਰੇਗੇ ਦੌੜ ਭਾਏ ਦੇ ਵਿੱਚ ਤੁਸੀਂ ਖਾਣਾ ਖਾ ਰਹੇ ਹੋ ਟਿੱਕੇ ਤਰੀਕੇ ਨਾਲ ਖਾਣਾ ਨਹੀਂ ਖਾ ਰਹੇਗੇ ਜਾਂ ਤੁਹਾਡੇ ਡਾਈਟ ਦੇ ਵਿੱਚ ਫਲ ਫਰੂਟ ਜਾਂ ਸਬਜ਼ੀਆਂ ਐਡ ਨਹੀਂ ਹੈਗੇਗੇ ਤੁਸੀਂ ਅਚਤੰਦਰੁਸਤ ਖਾਣਾ ਨਹੀਂ ਖਾ ਰਹੇਗੇ ਉਹਦੇ ਕਰਕੇ ਸ਼ਾਈਆਂ ਦਾ ਕਾਰਨ ਸਿਹਤ ਪੈਦਾ ਹੋ ਜਾਂਦਾ ਹੈ ਅਸੋ ਡਾਕਟਰ ਸਾਹਿਬ ਤੁਸੀਂ ਆਇਰਨ ਤੇ ਕੈਲਸ਼ੀਅਮ ਦਾ ਜ਼ਿਕਰ ਕੀਤਾ ਕਿ ਉਹ ਉਹਨਾਂ ਦੇ ਘੱਟ ਹੋਣ ਦੇ ਕਾਰਨ ਵੀ ਸ਼ਾਇਰੀਆਂ ਹੁੰਦੀਆਂ ਨੇ ਤਾਂ ਫਿਰ ਕੋਈ ਘਰੇਲੂ ਅਜਿਹੀ ਚੀਜ਼ਾਂ ਹੈ ਆਮ ਜਿਹੜੀਆਂ ਘਰਾਂ ਦੇ ਵਿੱਚ ਹੋਣ ਉਹਨਾਂ ਦੇ ਵਿੱਚ ਆਇਰਨ ਤੇ ਕੈਲਸ਼ੀਅਮ ਉਹ ਜਿਸ ਦੇ ਨਾਲ ਉਹ ਆਪਣੇ ਇਸ ਸ਼ਾਇਰੀਆਂ ਦੀ ਸਮੱਸਿਆ ਤੋਂ ਦੂਰ ਹੋ ਸਕਣ ਜੀ ਹਾਂ ਸਭ ਤੋਂ ਪਹਿਲਾਂ ਜਿਹੜਾ ਤੁਹਾਡਾ ਖਾਣਾ ਹੈ ਉਹਦੇ ਵਿੱਚ ਪੰਜ ਰੰਗਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਤੁਹਾਡਾ ਜਿਹੜਾ ਸਲਾਦ ਹੈ ਉਹ ਪੰਜ ਰੰਗਾਂ ਦਾ ਹੋਣਾ ਚਾਹੀਦਾ ਹੈ ਖਾਣ ਤੋਂ ਪਹਿਲਾਂ ਖਾਣਾ ਖਾਣ ਤੋਂ ਨਾਸ਼ਤੇ ਤੋਂ ਪਹਿਲਾਂ ਜਿਹੜਾ ਜਿੰਨਾ ਤੁਹਾਡਾ ਬੋਡੀ ਦਾ weight ਹੈ ਜੇ ਕਿ ਸਦਾ 70 ਕਿਲੋ ਪਾਰ ਹੈ ਤੇ ਉਹਨੂੰ 700 ਗ੍ਰਾਮ ਫਰੂਟ ਤੇ ਵੈਜੀਟੇਬਲ ਮਿਕਸ ਠੀਕ ਹੈ ਉਹ 700 ਗ੍ਰਾਮ ਜ਼ਰੂਰ ਲੈਣਾ ਚਾਹੀਦਾ ਜਿਵੇਂ ਉਹਦੇ ਤੁਸੀਂ ਹਰੀ ਪਾਲਕ ਹੋ ਸਕਦੀ ਹੈ ਧਨੀਆ ਹੋ ਸਕਦਾ ਹੈ ਪੁਦੀਨਾ ਹੋ ਸਕਦਾ ਹੈ 50 ਗ੍ਰਾਮ ਹਰੇ ਪੱਤੇ ਹੋਣੇ ਚਾਹੀਦੇ ਆ ਬਾਕੀ ਟਮਾਟਰ ਖੀਰਾ ਚੁਕੰਦਰ ਗਾਜਰ ਛਲਗਮ ਮੂਲੀ ਇਸ ਤਰ੍ਹਾਂ ਦੀਆਂ ਚੀਜ਼ਾਂ ਦਾ ਸੇਵਨ ਕਰਨ ਦੇ ਨਾਲ શરી ਦੇ ਵਿੱਚ ਜਿਹੜੀ ਆਇਰਨ ਤੇ ਕੈਲਸ਼ੀਅਮ ਦੀ ਜਿਹੜੀ ਘਾਟ ਹੈ ਉਹ ਪੂਰੀ ਹੋ ਜਾਂਦੀ ਔਰ ਜਿੰਨੇ ਵੀ ਮਿਨਰਲ ਤੇ ਪ੍ਰੋ ਵਿਟਾਮਿਨ ਦੀ ਸਾਨੂੰ ਲੋੜ ਹੈ ਉਹ ਸਾਡੇ ਇਹਨਾਂ ਚੀਜ਼ਾਂ ਤੋਂ ਹੀ ਪੂਰੇ ਹੋ ਜਾਂਦੇ ਨੇ ਸਾਨੂੰ ਬਾਹਰੀ ਤੌਰ ਤੇ ਕੋਈ ਆਰਟੀਫੀਸ਼ੀਅਲ ਵਿਟਾਮਿਨ ਜਾਂ ਕੈਲਸ਼ੀਅਮ ਦੀ ਲੈਣ ਦੀ ਲੋੜ ਨਹੀਂ ਰਹਿੰਦੀ ਡਾਕਟਰ ਸਾਹਿਬ ਜਿਵੇਂ ਆਪਾਂ ਹੁਣ ਤੁਹਾਡੇ ਕਲੀਨਿਕ ਦੇ ਵਿੱਚ ਬੈਠੇ ਆ ਤੁਸੀਂ ਕਹੇ ਕਿ ਸਾਡੇ ਕੋਲ ਵੀ ਦਵਾਈਆਂ ਉਪਲਬਧ ਨਹੀਂ ਨਾ ਸਮੱਸਿਆਵਾਂ ਵੰਦੇ ਤਾਂ ਕੀ ਜਿਹੜੇ ਮਰੀਜ਼ ਜਾਂ ਪੇਸ਼ੈਂਟ ਤੁਹਾਡੇ ਕੋਲ ਨਹੀਂ ਆ ਸਕਦੇ ਤੁਸੀਂ ਉਹਨਾਂ ਤੱਕ ਇਹ ਦਵਾਈ ਪਹੁੰਚਾ ਸਕਦੇ ਹੋ ਜਾਂ ਚਾਹੀਓ ਫਿਰ ਇੱਥੋਂ ਦੇ ਹੀ ਹੋਣ ਜਾਂ ਫਿਰ ਕਿਸੇ ਦੂਜੇ ਸੂਬੇ ਦੇ ਵਿੱਚ ਜਾਂ ਕਿਸੇ ਦੂਜੇ ਦੇਸ਼ ਦੇ ਵਿੱਚ ਹੋਣ ਜੀ ਸੁਭੀਰ ਜੀ ਮੈਂ ਦੱਸਣਾ ਚਾਹਾਂਗਾ ਸਾਰ ਸਾਰੇ ਪੈਨਪਰਾਵਾਂ ਨੂੰ ਕਿ ਸਾਡੀ ਵਰਲਡ ਵਾਈਡ ਸ਼ਿਪਿੰਗ ਅਵੇਲੇਬਲ ਹੈ ਇੰਡੀਆ ਦੇ ਵਿੱਚ 0% ਕੋਸਟ ਤੇ ਅਸੀਂ ਜਿਹੜੀ ਮੈਡੀਸਨ ਹੈ ਘਰ ਬੈਠੇ ਅਪਲਾਈ ਉਪਲਬਧ ਕਰਾਣੇ ਆ ਔਰ ਜਿਹੜੇ ਮੇਰੇ ਪੈਨਪਰਾ ਦੇਸ਼ ਵਿਦੇਸ਼ ਚ ਬੈਠੇ ਆ ਮੇਰਾ WhatsApp ਨੰਬਰ نیچے ਤੁਸੀਂ ਦੇਖ ਰਹੇ ਹੋ ਉਹਦੇ ਤੇ ਮੈਨੂੰ ਆਪਦੀ ਡਿਟੇਲ ਸੈਂਡ ਕਰਕੇ ਵੀਡੀਓ ਕਾਨਫਰੈਂਸਿੰਗ ਰਹੀਂ ਜਾਂ ਆਡੀਓ ਕਾਲ ਰਹੀਂ ਮੇਰੇ ਨਾਲ ਗੱਲਬਾਤ ਕਰਕੇ ਆਪਦੀ ਦਵਾਈ ਘਰ ਬੈਠੇ ਮੰਗਵਾ ਸਕਦੇ ਆ ਜੇ ਡਾਕਟਰ ਸਾਹਿਬ ਹੁਣ ਜੇ ਚਾਹੇ ਪਿੰਪਲ ਦੀਆਂ ਸਮੱਸਿਆਵਾਂ ਹੋਣ ਜਾਂ ਫਿਰ ਰਸਾਈਆਂ ਦੀ ਤਾਗ ਦੱਬਿਆਂ ਦੀ ਹੋਣ ਆਯੁਰਵੇਦ ਦੇ ਵਿੱਚ ਕਿਸ ਤਰੀਕੇ ਨਾਲ ਇਹਨਾਂ ਦਾ ਸਾਭ ਦਾ ਇਲਾਜ ਕੀਤਾ ਜਾਂਦਾ ਜੀ ਸੁਖਵੀਰ ਜੀ ਸਭ ਤੋਂ ਪਹਿਲਾਂ ਅਸੀਂ ਕਾਰਨ ਦੇਖਦੇ ਹਾਂ ਕਿ ਕਿਉਂ ਇਹ ਬਿਮਾਰੀ ਤੁਹਾਡੇ ਸਹੀ ਚਾਈ ਸ਼ਾਈਆਂ ਦਾ ਜਿਹੜੇ ਤੁਹਾਨੂੰ ਦੱਸਿਆ ਮੈਂ ਕੁਝ ਕਾਰਨ ਨੇ ਕਈ ਭੈਣਾਂ ਦੇ ਵਿੱਚ ਸਫੇਦ ਪਾਣੀ ਜਿਹਨੂੰ ਲਿਕੋਰੀਆ ਕਹਿੰਦਾ ਉਹਦੀ ਸਮੱਸਿਆ ਕਰਕੇ ਵੀ ਉਹਨਾਂ ਦੇ ਫੇਸ ਦੇ ਉੱਤੇ ਬਹੁਤ ਜ਼ਿਆਦਾ ਡਾਰਕ ਸਰਕਲ ਬਣ ਜਾਂਦੇ ਨੇ ਅੱਖਾਂ ਦੇ ਚਾਰੇ ਪਾਸੇ ਕਾਲੇ ਘੇਰੇ ਪੈ ਜਾਂਦੇ ਸ਼ਾਈਆਂ ਪੈ ਜਾਂਦੀਆਂ ਸੋ ਜੇ ਉਹਨਾਂ ਨੂੰ ਲਿਕੋਰੀ ਦੀ ਸਮੱਸਿਆ ਤੇ ਉਹਨਾਂ ਦੀ ਉਸ ਬਿਮਾਰੀ ਦਾ ਇਲਾਜ ਕਰਨ ਦੇ ਨਾਲ ਜਿਹੜੀਆਂ ਉਹਨਾਂ ਦੀ ਸ਼ਾਈਆਂ ਠੀਕ ਹੋ ਜਾਣਗੀਆਂ ਜਿਹੜੀ ਭੈਣ ਨੂੰ ਡਾਈਜੈਸ਼ਨ ਦੀ ਦਿੱਕਤ ਹੈ ਹਾਜਮਾ ਉਹਨਾਂ ਦਾ ਸਹੀ ਨਹੀਂ ਹੈਗਾ ਕਬਜ਼ ਦੀ ਸਮੱਸਿਆ ਹੈਗੀ ਹੈ ਉਹਨਾਂ ਨੂੰ ਜੇ ਕਬਜ਼ ਦੀ ਦਵਾਈ ਕੇ ਪੇਠੀ ਕਰ ਦਿੱਤਾ ਜਾਊਗਾ ਤੇ ਉਹਨਾਂ ਦੀਆਂ ਸ਼ਾਇਆ ਠੀਕ ਹੋ ਜਾਣਗੀਆਂ ਇਸੇ ਤਰ੍ਹਾਂ ਜਿਹੜੇ ਲੋਕ ਖਾਣਾ ਪ੍ਰੋਪਰ ਖਾ ਨਹੀਂ ਰਹੇ ਨੇ ਜੇ ਉਹ ਪ੍ਰੋਪਰ ਖਾਣਾ ਸ਼ੁਰੂ ਕਰ ਦੇਣਗੇ ਤੇ ਉਹਨਾਂ ਨੂੰ ਕਿਸੇ ਦਵਾਈ ਦੀ ਲੋੜ ਨਹੀਂ ਬਿਨਾਂ ਦਵਾਈ ਤੋਂ ਵੀ ਠੀਕ ਹੋ ਜਾਣਗੇ ਅਜਿਹਾ ਡਾਕਟਰ ਸਾਹਿਬ ਕਿਹਾ ਜਾਂਦਾ ਹੈ ਕਿ ਜੇਕਰ ਵਿਅਕਤੀ ਪਾਣੀ ਜ਼ਿਆਦਾ ਪੀਵੇ ਤਾਂ ਉਹਨਾਂ ਨੂੰ ਇਹ ਸਭ ਸਮੱਸਿਆਵਾਂ ਨਹੀਂ ਹੁੰਦੀਆਂ ਜੀ ਹਾਂ ਪਾਣੀ ਦਾ ਸਾਡੇ ਸਰੀਰ 'ਚ ਬਹੁਤ ਵੱਡਾ ਰੋਲ ਹੈ ਜੀ ਜਿਵੇਂ ਤੁਸੀਂ ਵੀ ਜਾਣਦੇ ਹੋ 70% ਸਾਡੇ ਸਰੀਰ 'ਚ ਪਾਣੀ ਹੈ ਜਿਹੜਾ ਉਹ ਪਾਣੀ ਹੈ ਉਹ ਦੂਸ਼ਿਤ ਹੋ ਚੁੱਕਿਆ ਹੈ ਉਸ ਪਾਣੀ ਨੂੰ ਠੀਕ ਕਰ ਲਈਏ ਆਪਾਂ ਸਾਰਾ ਪਾਣੀ ਸਾਫ਼ ਕਰ ਲਈਏ ਤੇ ਮੇਰੇ ਕੀ ਕਿਸੇ ਡਾਕਟਰ ਦੀ ਕਿਸੇ ਨੂੰ ਲੋੜ ਨਹੀਂ ਪੈਗੀ ਪਰ ਸਾਨੂੰ ਕਰਨਾ ਕੀ ਪਏਗਾ ਉਹਦੇ ਲਈ ਸਾਨੂੰ ਡੀਟੌਕਸ ਵਾਟਰ ਦੀ ਇਕਾਦਤ ਪਾਣੀ ਪਏਗੀ ਜਦੋਂ ਵੀ ਪਾਣੀ ਯੂਜ਼ ਕਰਨਾ ਹੈ ਉਹਦੇ ਵਿੱਚ ਕੁਛ ਨਾ ਕੁਛ ਸ਼ਹਿਦ ਕਰਕੇ ਪੀਏ ਜਿਵੇਂ ਆਪਾਂ ਥੋੜਾ ਜਿਹਾ ਦੁੱਧ ਪਾ ਸਕਦੇ ਹਾਂ ਦੋ ਚਮਚ ਉਹਦੇ ਵਿੱਚ ਸ਼ਹਿਦ ਪਾ ਸਕਦੇ ਹਾਂ ਉਹਦੇ ਵਿੱਚ ਤੁਸੀਂ ਜਿਵੇਂ 2 ਲੀਟਰ ਜਾਂ 3 ਲੀਟਰ ਦੀ ਪਾਣੀ ਦੀ ਬੋਤਲ ਭਰ ਲਓ ਉਹਦੇ ਵਿੱਚ ਸਵੇਰ ਉੱਠਣ ਅਨਸਾਰ ਦਾਲ ਚੀਨੀ ਇੱਕ ਦਿਨ ਪਾ ਲਓ ਇੱਕ ਦਿਨ ਮੂਲ ਲੱਠੀ ਪਾ ਲਓ ਇੱਕ ਦਿਨ ਨਿੰਮ ਦੇ ਪੱਤੇ ਪਾ ਲਓ ਇੱਕ ਦਿਨ ਪੁਰੀਨੇ ਦੇ ਪੱਤੇ ਪਾ ਲਓ ਕਦੀ ਉਹਦੇ ਵਿੱਚ ਤੁਸੀਂ ਸੇਬ ਦੇ ਸਲਾਈਸ ਪਾ ਲਓ ਕਦੀ ਉਹਦੇ ਵਿੱਚ ਕੀਰੇ ਸਲਾਈਸ ਪਾ ਲਓ ਨਿੰਬੂ ਦੇ ਵੀ ਪਾ ਸਕਦੇ ਪਰ ਜਿਹੜੇ ਲੋਕਾਂ ਨੂੰ ਤਜਾਬ ਬੰਦ ਹੈ ਉਹ ਨਿੰਬੂ ਦਾ ਸੇਵਨ ਨਾ ਕਰਨ ਇਸ ਤਰ੍ਹਾਂ ਅਲਗ-ਅਲਗ ਚੀਜ਼ਾਂ ਦਾ ਤੁਸੀਂ ਉਹਦੇ ਵਿੱਚ ਜਦੋਂ ਪਾਣੀ ਦੇ ਵਿੱਚ ਪਾ ਕੇ ਸੇਵਨ ਕਰੋਗੇ ਉਹ ਸਾਰਾ ਪਾਣੀ ਤੁਹਾਡੇ ਬਲੱਡ ਦੇ ਵਿੱਚ ਮਿਕਸ ਹੋਣਾ ਸ਼ੁਰੂ ਹੋ ਜਾਏਗਾ ਜਿਹਨਾਂ ਤੁਹਾਡੇ શરી ਦਾ ਜਿਹੜਾ ਪਾਣੀ ਹੈ ਕਹਿੰਦੇ ਜਿਹੜਾ ਪਾਣੀ ਦੀ ਮਾਤਰਾ ਉਹ ਸਾਫ਼ ਹੋਣੀ ਸ਼ੁਰੂ ਹੋ ਜਾਏਗੀ ਉਹਦੇ ਨਾਲ ਤੁਹਾਨੂੰ ਪਿੰਪਲ, ਸ਼ਈਆਂ, ਕਾਲੇ ਧਰੇ ਔਰ ਹੋਰ ਵੀ ਜਿਹੜੀਆਂ ਪੇੜੀਆਂ ਸਮੱਸਿਆਵਾਂ ਉਹਨਾਂ ਤੋਂ ਜਾਤ ਮਿਲ ਜਾਏਗੀ ਜੀ ਸਭ ਬਹੁਤ ਬਹੁਤ ਸ਼ੁਕਰੀਆ ਇਸ ਪੂਰੀ ਗੱਲਬਾਤ ਦੇ ਲਈ ਇਸ ਜਾਣਕਾਰੀ ਦੇ ਲਈ ਜੀ ਧੰਨਵਾਦ ਜੀ ਮਿਹਰਬਾਨੀ ਧੰਨਵਾਦ ਦੋਸਤੋ ਤਾਂ ਇਹ ਸਨ ਡਾਕਟਰ ਹਰਨਾਮ ਸਿੰਘ ਜਿਨ੍ਹਾਂ ਨਾਲ ਅਸੀਂ ਜਿਹੜੀ ਚਮੜੀ ਦੇ ਖਾਲੋ ਜਾਂ ਚਿਹਰੇ ਦੇ ਜਿਹੜੇ ਰੋਗ ਹੁੰਦੇ ਨੇ ਚਾਹੇ ਪਿੰਪਲਸ ਹੋਣ ਛਾਈਆਂ ਹੋਣ ਉਸ ਬਾਬਤ ਗੱਲਬਾਤ ਕੀਤੀ ਹੈ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹਨਾਂ ਦੇ ਜਿਹੜੀ ਵਿਚਾਰ ਨੇ ਤੁਹਾਨੂੰ ਜਾਣਕਾਰੀ ਇਸ ਵੀਡੀਓ ਦੇ ਰਾਹੀਂ ਮਿਲੀ ਹੋ ਜਰੂਰ ਚੰਗੀ ਲੱਗੀ ਹੋਵੇਗੀ ਦੁਬਾਰਾ ਫਿਰ ਮਿਲਾਂਗੇ ਕਿਸੇ ਅਹਿਮ ਵਿਸ਼ੇ ਨੂੰ ਲੈ ਕੇ ਤੇ ਉਦੋਂ ਤੱਕ ਲਈ ਦਿਓ ਇਜਾਜ਼ਤ ਧੰਨਵਾਦ